यह समाधि भी गुरद्वारा साहब के अंदर ही बनी हुई है। यह है जी वह चोला जिदे करके सिख धर्म के दिवाली बंदी छोड़ दिवस मनाया जाता। यह जोड़ा छेवें पातशाह धन धन श्री गुरु हरगोबिंद साहब जी दे। सत श्री अकाल जी, सारयां नूं स्वागत करदे आ नवें ब्लॉग नवीं वीडियो दे विच। अज असीं चले आ जी हरिमंदर साहब, बंदी छोड़ दिवस जिहड़ा हैगा जी अपने दिवाली हरिमंदर साहब जिहड़ी मनाई जांदी आ अमृतसर साहब, उत्थे आपां देखांगे। तां उस तों पहलां असीं तुहानूं दर्शन करवावांगे जी गुरु हरगोबिंद साहब जी दा चोला, ते 52 कलियां वाला चोला। जिवें कि आपां नूं पता कि दिवाली जिहड़ी हैगी आ जी सिख धर्म दे विच बंदी छोड़ जिहड़ा दिवस मनाया जांदा, जिहड़ा छेवें पातशाह धन धन श्री गुरु हरगोबिंद साहब जी दा 52 कलियां वाला चोला ग्वालियर के किले के 52 राजे जिहड़े गुरु हरगोबिंद साहब जी ने छड़वाए सी, उन्हां दी खुशी दे विच बंदी छोड़ दिवस जिहड़ा हैगा जी सिख धर्म दे विच मनाया जांदा। ते ओह 52 कलियां वाला चोला जिहड़ा हैगा जी पिंड कढ़ाणी कलां दे विच पिया जी, उत्थे तुहानूं आपां दर्शन मेला करवावांगे। गुरु हरगोबिंद साहब जी दा जोड़ा उत्थे पिया जी, उहदे वी तुहानूं आपां दर्शन करवावांगे। फिलहाल इत्थों 50 किलोमीटर रह गया जी कढ़ाणी कलां, ते नाल नाल तुहानूं आपां इतिहास दस्सांगे कि सिख धर्म दे विच बंदी छोड़ दिवस जिहड़ा हैगा जी ਉਹ ਕਿਉਂ ਮਨਾਇਆ ਜਾਂਦਾ ਤੇ ਬੰਦੀ ਛੋੜ ਹੀ ਉਹਨੂੰ ਕਿਉਂ ਕਿਹਾ ਜਾਂਦਾ। ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਦੀ ਨਾਲ। ਤੇ ਇਧਰਲੇ ਖੱਬੇ ਪਾਸੇ ਆਪਣੇ ਨਾਲ ਨਾਲ ਨਹਿਰ ਜਾਂਦੀ ਹੈ ਜਿਹਨੂੰ ਕਿ ਸਰਹੰਦ ਵਾਲੀ ਨਹਿਰ ਕਹਿੰਦੇ ਨੇ। ਤੇ ਹੁਣ ਆਪਾਂ ਲੰਘਾਂਗੇ ਜੀ ਗੁਰਦੁਆਰਾ ਰਾੜਾ ਸਾਹਿਬ ਦੇ ਮੂਰ ਦੀ। ਆਪਾਂ ਦਰਸ਼ਨ ਮੇਲਾ ਨਹੀਂ ਇੱਧਰ ਮਤਲਬ ਕਰਵਾਉਂਦੇ, ਤੇ ਨਾ ਹੀ ਆਪਾਂ ਮਤਲਬ ਦੂਰੋਂ ਨਮਸਕਾਰ ਕਰਕੇ ਲੰਘ ਜਾਏ, ਕਿਉਂਕਿ ਅਸੀਂ ਲੇਟ ਵੀ ਹੋ ਰਹੇ ਹਾਂ। ਇੱਥੋਂ ਅਸੀਂ ਹਰਿਮੰਦਰ ਸਾਹਿਬ ਵੀ ਜਾਣਾ ਹਜੇ 150 ਕਿਲੋਮੀਟਰ ਦੇ ਨੇੜੇ ਤੇੜੇ ਸ਼ਾਇਦ ਪਿਆ ਹੋਵੇ। ਤੇ ਫਿਲਹਾਲ ਆਪਾਂ ਕਢਾਣੀ ਕਲਾ ਪਿੰਡ ਪਹੁੰਚਣ ਲੱਗੇ ਹਾਂ ਜੀ। ਇੱਥੋਂ 10 ਕਿਲੋਮੀਟਰ ਹੈਗੇ ਆ, ਤੇ ਪਹਿਲਾਂ ਆਪਾਂ ਇੱਥੋਂ ਤੁਹਾਨੂੰ ਬਾਹਰੋਂ ਦਰਸ਼ਨ ਤੁਹਾਨੂੰ ਕਰਵਾਵਾਂਗੇ ਜੀ ਗੁਰਦੁਆਰਾ ਰਾੜਾ ਸਾਹਿਬ, ਜਿਹੜਾ ਕਿ ਲੁਧਿਆਣੇ ਦੇ ਵਿੱਚ ਪੈਂਦਾ। ਤੇ ਸੰਤ ਬਾਬਾ ਈਸ਼ਰ ਸਿੰਘ ਜੀ ਹੋਏ ਨੇ ਰਾੜਾ ਸਾਹਿਬ ਵਾਲੇ, ਉਹਨਾਂ ਦੀ ਯਾਦ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜੀ ਬਣਿਆ ਹੋਇਆ, ਤੇ ਸਾਰਾ ਰੋਡ ਉਹੀ ਆ ਜੀ। ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ, ਗੁਰਦੁਆਰਾ ਕਰਮਸਰ ਰਾੜਾ ਸਾਹਿਬ। ਠੀਕ ਆ ਜੀ, ਆਪਾਂ ਇੱਕ ਮਿੰਟ ਗੱਡੀ ਰੋਕ ਕੇ ਤੁਹਾਨੂੰ ਦਰਸ਼ਨ ਕਰਵਾ ਦਿੰਦੇ ਹਾਂ। ਤੇ ਇਹਦੇ ਵਿੱਚ ਤੁਹਾਨੂੰ ਆਪਾਂ ਅੰਦਰ ਜਾ ਕੇ ਦਰਸ਼ਨ ਨਹੀਂ ਕਰਵਾਉਂਦੇ ਕਿਉਂਕਿ ਆਪਾਂ ਲੇਟ ਹੋ ਜਾਵਾਂਗੇ। ਬਾਹਰੋਂ ਬਾਹਰ ਤੁਹਾਨੂੰ ਦਰਸ਼ਨ ਕਰਵਾ ਰਹੇ ਜੀ ਗੁਰਦੁਆਰਾ ਰਾੜਾ ਸਾਹਿਬ, ਤੇ ਇੱਥੇ ਲਿਖਿਆ ਵੀ ਹੋਇਆ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਟਰੱਸਟ। ਠੀਕ ਆ ਜੀ, ਤੇ ਇੱਥੋਂ ਆਪਾਂ ਇੱਧਰ ਨੂੰ ਜਾਵਾਂਗੇ ਕਢਾਣੀ ਕਲਾ ਵੱਲ ਨੂੰ ਗੁਰਦੁਆਰਾ ਦਮਦਮਾ ਸਾਹਿਬ, ਜਿੱਥੇ ਕਿ ਛੇ ਪਾਤਸ਼ਾਹ ਜੀ ਆ ਕੇ ਰੁਕੇ ਸੀ। ਗੁਰਦੁਆਰਾ ਰਾੜਾ ਸਾਹਿਬ ਤੋਂ ਆਉਣਿਆਂ ਨੀ ਅੱਗੇ 150 ਮੀਟਰ ਤਾਂ ਉੱਥੇ ਆ ਬੋਰਡ ਵੀ ਲੱਗਿਆ ਜਾਂਦਾ, ਗੁਰਦੁਆਰਾ ਚੋਲਾ ਸਾਹਿਬ ਪਾਤਸ਼ਾਹੀ ਛੇਵੀਂ ਨਗਰ ਕਢਾਣੀ ਕਲਾ ਗੁਰਦੁਆਰਾ ਤਪੋਵਨ ਢੱਕੀ ਸਾਹਿਬ। ਇਹਦੇ ਵੀ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਜੇ ਟਾਈਮ ਲੱਗਿਆ ਤਾਂ। ਤਪੋਵਨ ਢੱਕੀ ਸਾਹਿਬ ਜਿਹੜੇ ਬਾਬਾ ਦਰਸ਼ਨ ਸਿੰਘ ਜੀ ਹੋਏ ਨੇ ਉੱਥੇ, ਤੇ ਉਹਨਾਂ ਕੋਲ ਇਹਨਾਂ ਦੀ ਦੇਖ ਰੇਖ ਆ ਜੀ ਢੱਕੀ ਸਾਹਿਬ ਗੁਰਦੁਆਰਾ ਸਾਹਿਬ ਦੀ। ਬਹੁਤ ਸੋਹਣਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਫਿਲਹਾਲ ਆਪਾਂ ਇੱਥੋਂ ਖੱਬੇ ਪਾਸੇ ਨੂੰ ਜਾ ਕੇ ਤੇ ਗੁਰਦੁਆਰਾ ਸਾਹਿਬ ਚੱਲਦੇ ਹਾਂ ਜੀ ਆਪਾਂ ਚੋਲਾ ਸਾਹਿਬ। ਪਿੰਡ ਦੇ ਮੋੜ ਦੇ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਇੱਥੇ ਸਰੂਪ, ਉਹਨਾਂ ਦਾ ਇੱਕ ਬੁੱਤ ਬਣਾਇਆ ਹੋਇਆ ਨਗਨੀ ਜਿਹੜੀ ਹੱਥ ਦੇ ਵਿੱਚ ਮਾਰਦੇ ਨੇ, ਹਨਾ। ਇੱਥੋਂ ਆਪਾਂ ਸੱਜੇ ਪਾਸੇ ਨੂੰ ਸੜਕ ਮੁੜ ਜਾਂਦੀ ਆ। ਹੁਣ ਆਪਾਂ ਪਹੁੰਚ ਗਏ ਹਾਂ ਜੀ ਗੁਰਦੁਆਰਾ ਦਮਦਮਾ ਸਾਹਿਬ, ਪਿੰਡ ਕਢਾਣੀ ਕਲਾਂ, ਸ਼ਹਿਰ ਦੇ ਬਿਲਕੁਲ ਬਾਹਰੋਂ ਬਾਹਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਛੇਵੇਂ ਪਾਤਸ਼ਾਹ ਦੀ ਯਾਦ ਦੇ ਵਿੱਚ। ਠੀਕ ਆ, ਤੇ ਅੰਦਰ ਜਾ ਕੇ ਆਪਾਂ ਤੁਹਾਨੂੰ ਦਰਸ਼ਨ ਮੇਲਾ ਕਰਵਾਉਣੇ ਆ ਜੀ ਇਹਦਾ। ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਸੰਖੇਪ ਦੇ ਵਿੱਚ, ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ, ਬਾਕੀ ਤੁਹਾਨੂੰ ਆਪਾਂ ਬੋਲ ਕੇ ਵੀ ਦੱਸ ਦਾਂਗੇ। ਇਸ ਇਤਿਹਾਸ ਦੇ ਬੋਰਡ ਦੇ ਅਕੋਰਡਿੰਗ ਇਸ ਪਿੰਡ ਦੇ ਵਿੱਚ ਨਾ 4 ਗੁਰਦੁਆਰਾ ਸਾਹਿਬ ਨੇ ਜੀ, ਗੁਰਦੁਆਰਾ ਦਮਦਮਾ ਸਾਹਿਬ, ਗੁਰਦੁਆਰਾ ਚੋਲਾ ਸਾਹਿਬ, ਗੁਰਦੁਆਰਾ ਨਿੰਮਸਰ ਸਾਹਿਬ ਅਤੇ ਹਵੇਲੀ ਸਾਹਿਬ। ਨਿੰਮਸਰ ਸਾਹਿਬ ਗੁਰਦੁਆਰਾ ਉਹ ਹੈ ਜਿੱਥੇ ਉਹਨਾਂ ਨੇ ਨਿੰਮ ਦੀ ਦਾਤਨ ਕਰਕੇ ਗੱਡੀ ਸੀ। ਠੀਕ ਹੈ ਜੀ, ਅਤੇ ਇਸ ਟਾਈਮ ਆਪਾਂ ਖੜ੍ਹੇ ਜੀ ਗੁਰਦੁਆਰਾ ਦਮਦਮਾ ਸਾਹਿਬ, ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜੇ ਕਿ ਰੀਪ੍ਰਜੈਂਟ ਕਰਦੇ ਨੇ। ਅਤੇ ਗੁਰਦੁਆਰਾ ਦਮਦਮਾ ਸਾਹਿਬ ਨਾਮ ਰੱਖਿਆ ਹੋਇਆ ਜੀ ਕਿਉਂਕਿ ਇੱਥੇ ਛੇਵੇਂ ਪਾਤਸ਼ਾਹ ਜੀ ਨੇ ਆ ਕੇ ਦਮ ਲਿਆ ਸੀ, ਆਪਣਾ ਕਮਰ ਕਸਾ ਖੋਲਿਆ ਸੀ। ਅਤੇ ਇਸ ਪਿੱਪਲ ਦੇ ਵੀ ਤੁਹਾਨੂੰ ਆਪਾਂ ਦਰਬਾਰ ਹਾਲ ਤੋਂ ਬਾਅਦ ਦਰਸ਼ਨ ਕਰਵਾਵਾਂਗੇ। ਇਹ ਪਿੱਪਲ ਕਿਹਾ ਜਾਂਦਾ ਗੁਰੂ ਸਾਹਿਬ ਜੀ ਦੇ ਟਾਈਮ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦਾ 52 ਕਲੀਆਂ ਵਾਲਾ ਚੋਲਾ ਜਿਹੜਾ ਹੈਗਾ ਜੀ ਇਸ ਪਿੰਡ ਦੇ ਵਿੱਚ ਪਿਆ, ਕਿਉਂਕਿ ਜਦੋਂ ਗੁਰੂ ਸਾਹਿਬ ਜੀ 52 ਰਾਜਿਆਂ ਨੂੰ ਛਡਵਾ ਕੇ ਗਵਾਲੀਅਰ ਦੇ ਕਿਲੇ ਤੋਂ ਲੈ ਕੇ ਆਏ ਨੇ 52 ਕਲੀਆਂ ਵਾਲੇ ਚੋਲੇ ਨੂੰ, 52 ਰਾਜਿਆਂ ਨੇ ਉਹਨਾਂ ਦਾ ਇੱਕ ਇੱਕ ਪੱਲਾ, ਇੱਕ ਇੱਕ ਕਲੀ ਫੜੀ ਹੋਈ ਸੀ। ਫਿਰ ਉਸ ਤੋਂ ਬਾਅਦ ਉਹ 52 ਕਲੀਆਂ ਵਾਲਾ ਚੋਲੇ ਦੀਆਂ ਲੜੀਆਂ ਫੜ ਕੇ 52 ਰਾਜੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਗੁਰੂ ਸਾਹਿਬ ਜੀ ਦੇ ਨਾਲ ਆਜ਼ਾਦ ਹੋਏ ਸੀ। ਅਤੇ ਇੱਥੇ ਉਹ ਸਮਾਧ ਬਣੀ ਹੋਈ ਹੈ ਜੀ ਬਾਬਾ ਜੀ ਦੀ। ਕਹਿੰਦੇ ਜਦੋਂ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਪਿੰਡ ਦੇ ਵਿੱਚ ਆਏ ਨੇ ਤਾਂ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਆਏ ਨੇ, ਤਾਂ ਇੱਥੇ ਇੱਕ ਸਾਧੂ ਰਹਿੰਦਾ ਹੁੰਦਾ ਸੀ। ਉਹ ਸਾਧੂ ਦਾ ਨਾਮ ਤਾਂ ਕੋਈ ਮੈਂਸ਼ਨ ਨਹੀਂ ਕੀਤਾ ਹੋਇਆ ਇਤਿਹਾਸ ਦੇ ਵਿੱਚ, ਪਰ ਕਹਿੰਦੇ ਛੇਵੇਂ ਪਾਤਸ਼ਾਹ ਜੀ ਦੀ ਉਹਨਾਂ ਨੇ ਸੇਵਾ ਕੀਤੀ ਸੀ ਜਲ ਦੇ ਨਾਲ।
ਤੇ ਉਹ ਜਦੋਂ ਜੋਤੀ ਜੋਤ ਸਮਾਏ ਨੇ ਸਾਧੂ ਕਹਿੰਦੇ ਉਹਨਾਂ ਦੀ ਫਿਰ ਇੱਥੇ ਸਮਾਧੀ ਬਣਾਈ ਗਈ ਹੈ ਗੁਰਦੁਆਰਾ ਸਾਹਿਬ ਦੇ ਨਾਲ ਤਾਂ ਇੱਥੇ ਛੇਵੇਂ ਪਾਤਸ਼ਾਹ ਜੀ ਸਭ ਤੋਂ ਪਹਿਲਾਂ ਇਸ ਜਗ੍ਹਾ ਦੇ ਉੱਤੇ ਆਏ ਸੀ ਇਹ ਉਹਨਾਂ ਦੀ ਸਮਾਧੀ ਦੇ ਤੁਸੀਂ ਦਰਸ਼ਨ ਕਰ ਰਹੇ ਜੀ ਉਹ ਸਾਧੂ ਦੀ ਜਿਨ੍ਹਾਂ ਨੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਦੀ ਮਤਲਬ ਸੇਵਾ ਕੀਤੀ ਸੀ ਜਲ ਦੇ ਨਾਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਪਿਛਲੇ ਪਾਸੇ ਹੀ ਇਹ ਪਿੱਪਲ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਕਿਹਾ ਜਾਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਦਾ ਇਹ ਪਿੱਪਲ ਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਇੱਥੇ ਆਏ ਨੇ ਤਾਂ ਉੱਥੇ ਕਹਿੰਦੇ ਇਹ ਪਿੱਪਲ ਮੌਜੂਦ ਸੀ ਇਤਿਹਾਸ ਦੇ ਵਿੱਚ ਵੀ ਇਹ ਲਿਖਿਆ ਹੋਇਆ ਅਤੇ ਇਸੇ ਪਿੱਪਲ ਦੇ ਹੇਠਾਂ ਹੀ ਕਹਿੰਦੇ ਕਦੇ ਗੁਰੂ ਸਾਹਿਬ ਨੇ ਆਰਾਮ ਕੀਤਾ ਹੋਣਾ ਅਤੇ ਇਸੇ ਪਿੱਪਲ ਦੇ ਹੇਠਾਂ ਹੀ ਉਹ ਸਾਧੂ ਰਹਿੰਦੇ ਸੀ ਜਿਹਨੇ ਕਿ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਲ ਦੇ ਨਾਲ ਸੇਵਾ ਕੀਤੀ ਸੀ ਠੀਕ ਹੈ ਜੀ ਅਤੇ ਇੱਥੇ ਹਰਗੋਬਿੰਦ ਸਾਹਿਬ ਜੀ ਜਿਹੜੇ ਹੈਗੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਨੇ ਆਪਣਾ ਕਮਰ ਕਸਾ ਖੋਲਿਆ ਸੀ ਅਤੇ ਉਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪੈ ਗਿਆ ਅਤੇ ਇਤਿਹਾਸ ਦੇ ਵਿੱਚ ਵੀ ਇਹੀ ਨਾਮ ਆਉਂਦਾ ਕਿ ਜਿੱਥੇ ਜਿੱਥੇ ਗੁਰੂ ਜਾ ਕੇ ਆਪਣਾ ਕਮਰ ਕਸਾ ਖੋਲਦੇ ਨੇ ਜਾਂ ਆਰਾਮ ਕਰਦੇ ਨੇ ਜਾਂ ਦਮ ਲੈਂਦੇ ਨੇ ਉਸ ਜਗ੍ਹਾ ਦਾ ਨਾਮ ਗੁਰਦੁਆਰਾ ਦਮਦਮਾ ਸਾਹਿਬ ਪੈ ਜਾਂਦਾ ਅਤੇ ਪਿਛਲੇ ਪਾਸੇ ਇਹਦੇ ਸਮਾਧ ਵੀ ਬਣੀ ਹੋਈ ਹੈ ਅਤੇ ਇੱਧਰ ਆ ਜੀ ਮੇਨ ਦਰਬਾਰ ਹਾਲ ਅਤੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਨਿੰਮਸਰ ਸਾਹਿਬ ਦੇ ਅਤੇ ਗੁਰਦੁਆਰਾ ਚੋਲਾ ਸਾਹਿਬ ਦੇ ਇੱਥੇ ਜਿਹੜਾ ਦਮਦਮਾ ਸਾਹਿਬ ਤੁਹਾਨੂੰ ਦਰਸ਼ਨ ਕਰਵਾਏ ਨੇ ਇੱਥੇ ਗੁਰੂ ਸਾਹਿਬ ਜੀ ਆ ਕੇ ਆਰਾਮ ਕੀਤਾ ਸੀ ਅਤੇ ਜਿਹੜਾ ਗੁਰਦੁਆਰਾ ਚੋਲਾ ਸਾਹਿਬ ਆ ਕਹਿੰਦੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੀਵਾਨ ਲਾਉਂਦੇ ਹੁੰਦੇ ਸੀ ਅਤੇ ਗੁਰਦੁਆਰਾ ਨਿੰਮਸਰ ਦੇ ਵਿੱਚ ਉਹਨਾਂ ਨੇ ਦਾਤਨ ਕੀਤੀ ਸੀ ਅਤੇ ਜਿਹੜਾ ਗੁਰਦੁਆਰਾ ਹਵੇਲੀ ਸਾਹਿਬ ਆ ਭੜੋਲੀ ਸਾਹਿਬ ਆ ਉੱਥੇ ਗੁਰੂ ਸਾਹਿਬ ਜੀ ਲੰਗਰ ਛਕਦੇ ਸੀ ਅਤੇ ਇਹ ਸਾਰਾ ਪਿੰਡ ਦਾ ਇਤਿਹਾਸ ਕਢਾਣੀ ਕਲਾ ਪਿੰਡ ਦੇ ਨਾਲ ਹੀ ਜੁੜਿਆ ਹੋਇਆ ਅਤੇ ਇੱਥੋਂ ਹੁਣ ਆਪਾਂ ਕਿਲੋਮੀਟਰ ਦੀ ਦੂਰੀ 'ਤੇ ਆ ਜੀ ਗੁਰਦੁਆਰਾ ਚੋਲਾ ਸਾਹਿਬ ਅਤੇ ਉੱਥੇ ਆਪਾਂ ਜਾ ਕੇ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਵਾਉਣੇ ਇਹ ਪਿੰਡ ਦੇ ਬਾਹਰੋਂ ਬਾਹਰ ਆ ਜੀ ਉਹ ਗੁਰਦੁਆਰਾ ਸਾਹਿਬ ਚੋਲਾ ਸਾਹਿਬ ਪਿੰਡ ਦੇ ਬਿਲਕੁਲ ਵਿਚਕਾਰ ਬਣਿਆ ਹੋਇਆ ਅਤੇ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਨਿੰਮ ਸਾਹਿਬ ਗੁਰਦੁਆਰਾ ਸ਼੍ਰੀ ਨਿੰਮਸਰ ਸਾਹਿਬ ਅਤੇ ਇੱਥੇ ਗੁਰੂ ਸਾਹਿਬ ਜੀ ਨੇ ਦਾਤਨ ਕਰਕੇ ਨਿੰਮ ਦੀ ਗੱਡੀ ਸੀ ਕਹਿੰਦੇ ਉਸ ਤੋਂ ਬਾਅਦ ਫਿਰ ਇੱਥੇ ਇਹਦੇ ਲਿਖਿਆ ਵੀ ਹੋਇਆ ਕਿ ਪਿੰਡ ਦੇ ਚੜ੍ਹਦੇ ਵਾਲੇ ਪਾਸੇ ਟੋਭੇ ਦੇ ਕੰਢੇ 'ਤੇ ਗੁਰੂ ਸਾਹਿਬ ਜੀ ਨੇ ਦਾਤਨ ਕੁਰਲਾ ਕਰਕੇ ਇਸ਼ਨਾਨ ਕਰਦੇ ਸਨ ਠੀਕ ਹੈ ਜੀ ਅਤੇ ਇੱਥੇ ਗੁਰੂ ਸਾਹਿਬ ਨੇ ਦਾਤਨ ਕਰਕੇ ਟੋਭੇ ਦੇ ਕੰਢੇ 'ਤੇ ਗੱਡਤੀ ਸੀ ਜਿਹੜੀ ਕਿ ਬਾਅਦ ਦੇ ਵਿੱਚ ਨਿੰਮ ਦਾ ਰੂਪ ਧਾਰਨ ਕਰਕੇ ਵਿਸ਼ਾਲ ਨਿੰਮ ਬਣ ਗਈ ਸੀ ਉਹਦੇ ਆਪਾਂ ਤੁਹਾਨੂੰ ਦਰਸ਼ਨ ਮੇਲਾ ਕਰਵਾਉਣੇ ਆ ਅਤੇ ਦੋ ਨਿਸ਼ਾਨ ਸਾਹਿਬ ਇੱਥੇ ਵੀ ਲੱਗੇ ਹੋਏ ਨੇ ਕਿਉਂਕਿ ਛੇਵੇਂ ਪਾਤਸ਼ਾਹੀ ਦਾ ਸਥਾਨ ਆ ਜੀ ਇਹ ਮੇਰੀ ਪੀਰੀ ਦੇ ਜਿਹੜੇ ਮਾਲਕ ਸੀ ਉਹਨਾਂ ਦੀ ਯਾਦ ਦੇ ਵਿੱਚ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਦੋ ਨਿਸ਼ਾਨ ਸਾਹਿਬ ਲਾਏ ਜਾਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਦੇ ਵਿੱਚ ਅਤੇ ਇੱਧਰਲੇ ਪਾਸੇ ਜੀ ਖੱਬੇ ਪਾਸੇ ਲੰਗਰ ਹਾਲ ਦੇ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰੂ ਸਾਹਿਬ ਦੀ ਪਵਿੱਤਰ ਨਿਸ਼ਾਨੀ ਅਤੇ ਲਿਖਿਆ ਵੀ ਹੋਇਆ ਵੀ ਇਹਦੇ ਉੱਪਰ ਜੀ ਸਾਧ ਸੰਗਤ ਜੀ ਇਹ ਪਾਵਨ ਨਿਸ਼ਾਨੀ ਨਿੰਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਦੇ ਵਿੱਚ ਹੈ ਜੋ ਕਿ ਉਹਨਾਂ ਨੇ ਇੱਥੇ ਦਾਤਨ ਕਰਕੇ ਗੱਡੀ ਸੀ ਠੀਕ ਹੈ ਜੀ ਅਤੇ ਸਮਾਂ ਪਾ ਕੇ ਕਹਿੰਦੇ ਉਹ ਜਿਹੜੀ ਪੁਰਾਣੀ ਨਿੰਮ ਸੀ ਨਾ ਉਹ ਆਪਦਾ ਟਾਈਮ ਪੂਰਾ ਕਰਕੇ ਉਹ ਖਤਮ ਹੋ ਗਈ ਸੀ ਅਤੇ ਇਹਨਾਂ ਨੇ ਫਿਰ ਮੁੜ ਕੇ ਦੁਬਾਰਾ ਨਵੀਆਂ ਨਿੰਮਾਂ ਲਾਈਆਂ ਸੀ ਉਹਨਾਂ ਦੀ ਯਾਦਗਾਰ ਦੇ ਵਿੱਚ ਪੁਰਾਣੀ ਨਿੰਮ ਜਿਹੜੀ ਹੈਗੀ ਆ ਸਮਾਂ ਪਾ ਕੇ ਖਤਮ ਹੋ ਗਈ ਸੀ ਅਤੇ ਇਹ ਨਿੰਮ ਆ ਜੀ ਸਾਰੀ ਉਹ ਜਿਹੜੀ ਉਹਨਾਂ ਦੀ ਯਾਦ ਦੇ ਵਿੱਚ ਲਾਈ ਹੋਈ ਆ ਪਰ ਇਹ ਨਵੀਂ ਨਿੰਮ ਆ ਜੀ ਪੁਰਾਣੀ ਨਿੰਮ ਥੱਲੇ ਉਹਦੇ ਡਾਹਣੇ ਲੱਗੇ ਹੋਏ ਨੇ ਪਰ ਉਹ ਸਮਾਂ ਪਾ ਕੇ ਆਪਦੀ ਉਮਰ ਭੁਗਤ ਕੇ ਨਿੰਮ ਖਤਮ ਹੋ ਗਈ ਸੀ ਅਤੇ ਹੁਣ ਤੁਹਾਨੂੰ ਆਪਾਂ ਦਰਬਾਰ ਹਾਲ ਦੇ ਦਰਸ਼ਨ ਵੀ ਕਰਵਾਉਣੇ ਜੀ ਉੱਪਰ ਲਿਖਿਆ ਵੀ ਹੋਇਆ ਗੁਰਦੁਆਰਾ ਨਿੰਮਸਰ ਸਾਹਿਬ ਪਾਤਸ਼ਾਹੀ ਛੇਵੀਂ ਅਤੇ ਜ਼ਿਲ੍ਹਾ ਪੈਂਦਾ ਜੀ ਲੁਧਿਆਣਾ ਕਢਾਣੀ ਕਲਾਂ ਪਿੰਡ ਦਾ ਨਾਮ ਆ ਜੀ ਅਤੇ ਜਿਹੜੇ ਤੁਸੀਂ ਹੁਣ ਦਰਸ਼ਨ ਕਰ ਰਹੇ ਹੋ ਜੀ ਇਹ ਬਾਣ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮੰਜੀ ਸਾਹਿਬ ਦਾ ਜੀ ਅਤੇ ਇਸ ਮੰਜੀ 'ਤੇ ਬੈਠ ਕੇ ਗੁਰੂ ਸਾਹਿਬ ਜੀ ਨੇ ਕਦੇ ਇੱਥੇ ਭਜਨ ਕੀਤਾ ਸੀ ਜਿਹੜੇ ਤੁਸੀਂ ਹੁਣ ਬਾਣ ਦੇ ਮੰਜੀ ਦਾ ਬਾਣ ਆ ਜੀ ਇਹ ਅਤੇ ਹੁਣ ਤੁਸੀਂ ਜਿਹੜੇ ਦਰਸ਼ਨ ਕਰ ਰਹੇ ਹੋ ਜੀ ਇਹ ਉਹੀ ਪੁਰਾਣੇ ਨਿੰਮ ਦਾ ਡਾਣਾ ਜੀ ਜਿਹਦੀ ਦਾਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਕੇ ਗੱਡੀ ਸੀ ਇਹ ਅੰਦਰ ਸ਼ੀਸ਼ਿਆਂ ਦੇ ਵਿੱਚ ਜੜ ਕੇ ਰੱਖਿਆ ਹੋਇਆ ਗੁਰੂ ਸਾਹਿਬ ਦੀ ਯਾਦਗਾਰ ਉਹ ਜੀ ਹੁਣ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਚੋਲਾ ਸਾਹਿਬ ਜੀ ਅਤੇ ਗੁਰਦੁਆਰਾ ਚੋਲਾ ਸਾਹਿਬ ਦੇ ਹੁਣ ਤੁਹਾਨੂੰ ਆਪਾਂ ਦਰਸ਼ਨ ਕਰਵਾਵਾਂਗੇ ਜਿਹੜਾ ਕਿ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਚੋਲਾ ਪਿਆ ਜਿਹੜੇ ਚੋਲੇ ਦੇ ਨਾਲ ਉਹਨਾਂ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜੇ ਆਜ਼ਾਦ ਕਰਵਾਏ ਸੀ ਅਤੇ 52 ਰਾਜਿਆਂ ਨੂੰ ਆਜ਼ਾਦ ਕਰਵਾਉਣ ਤੋਂ ਖੁਸ਼ੀ ਦੇ ਵਿੱਚ ਉਹਨਾਂ ਦਾ ਇੱਥੇ ਬੰਦੀ ਛੋੜ ਦਿਵਸ ਜਿਹੜਾ ਹੈਗਾ ਜੀ ਮਨਾਇਆ ਜਾਂਦਾ ਦਰਬਾਰ ਹਾਲ ਜਿਹੜਾ ਹੈਗਾ ਉਹ ਪਹਿਲੀ ਮੰਜ਼ਿਲ ਦੇ ਉੱਪਰ ਆ ਅਤੇ ਪਿੰਡ ਦੇ ਬਿਲਕੁਲ ਵਿੱਚੋਂ ਵਿੱਚ ਗੁਰਦੁਆਰਾ ਕਢਾਣੀ ਕਲਾਂ ਪਿੰਡ ਦੇ ਬਿਲਕੁਲ ਵਿੱਚੋਂ ਵਿੱਚ ਬਣਿਆ ਹੋਇਆ ਜੀ ਕਿਉਂਕਿ ਆਲੇ ਦੁਆਲੇ ਤੁਸੀਂ ਦੇਖ ਸਕਦੇ ਹੋ ਥਾਂ ਵੀ ਉਨੀ ਕੀ ਆ ਅਤੇ ਆਲੇ ਦੁਆਲੇ ਲੋਕਾਂ ਦੇ ਇੱਥੇ ਘਰ ਬਣੇ ਹੋਏ ਨੇ ਅਤੇ
इस गुरद्वारा साहब के भी तुम दर्शन कर सकते हो। दो निशान साहब लगे हुए हैं क्योंकि छेवें पातशाही का स्थान आ, तो इस जगह के उत्ते गुरु साहब जी का 52 कलियां वाला चोला पे, क्योंकि गुरु हरगोबिंद साहब जी इस जगह के उत्ते 45 दिन रोके गए ने। तो उदों जो सुरतिया नाम का जो इतने श्रद्धालु से गुरु साहब जी अपने नाल उन्हें रखिया सी, तो उदों फिर गुरु साहब ने उन्हों जाते हुए अपना एक जोड़ा दिता सी। ये जोड़े तुसी दर्शन कर रहे हो, तो इस जोड़े का जिहड़ा दूजा पैर सी उह कहिंदे महंता कोलों गवाच गया, तो गुरु साहब ने अपना चोला भी उन्हां नूं दिता सी। तो इस जो चोले तुसी दर्शन कर रहे हो जी, ये 52 कलियां वाला चोला जिहदे नाल कि 52 राजे कलियां फड़ के ग्वालियर के किले दे विच्चों आजाद होए सी। ठीक है जी, एक 5 ग्रंथी पोथी गुरु साहब ने दित्ती सी, आ तुसी देख सकते हो, दर्शन कर सकते हो। सुनहरी पन्ने ने ते काले अक्षरां दे नाल उहदे विच बाणी लिखी हुई है। तो यह चोला जिहड़ा हैगा जी 52 कलियां वाला चोला गुरु साहब जी का उस टाइम का इत्थे संभाल के रख्या होया जी। जो सुरतिया जो श्रद्धालु सी उन्हां दे परिवार कोल सी इह सारियां चीज़ां, पर बाद दे विच इस कढ़ाणी कलां दी पिंड दी संगत वल्लों फैसला लिया गया कि इहनूं अदब दे नाल रख्या जावे, चीज़ां नूं दुबारा सांभिया जावे। फिर उस मतलब परिवार कोलों चीज़ां लिया के इत्थे सांभ के रखियां गईयां ने कढ़ाणी कलां पिंड दे विच, क्योंकि गुरु साहब जी इत्थे ग्वालियर दे किले दे विचों जदों वापस आए ने तां 45 दिन इस पिंड दे विच ही रुके गए ने। काफी लंबा इतिहास है इत्थों दा। लो जी, कढ़ाणी कलां पिंड दे विचों दर्शन करन तों बाद आपां चलिया जी हुण अमृतसर साहब नूं। ठीक है जी, ते तुहानूं इक वारी ट्रैफिक दिखा दईए। शाम दा टाइम होया इह 8 वजण वाले ने, ते इक गल तुहानूं आपां दस दिंदे आ कि जे तुसीं हरिमंदर साहब जांदे हो भाई शाम नूं जलंधर वाले पासे लुधियाने वाले पासे लंघदे हो, जां तां सदेहां लंघ जाओ 4-5 वजदे नूं, नहीं तां तुसीं रात नूं लेट लंघो 9-10 वजे, क्योंकि ट्रैफिक घट जाता। हुण इत्थे सानूं जलंधर दे विच खड़े नूं घट्टो घट घंटा हो गया, तो इधर देखो पूरा जाम लग्या होया। ठीक है, मसां गड्डी तुरदी है, तो इधरले पासे भी तुसीं देख लो शीशा गंदा थोड़ा जिहा, इधरले पासे साफ नहीं दिखदी होनी, पर अगे बहुत ज़्यादा जाम लग्या होया। ठीक है, तो हरिमंदर साहब जाण तों पहलां इह भी चीज़ां ध्यान रख्या करो, जां तां गड्डी सदेहां कढ लो जां फिर लेट नाइट गड्डी कढो। हुशियारपुर सज्जे पासे ते आपां इत्थों जिहड़ा हरिमंदर साहब हैगा जी 80 किलोमीटर दे नेड़े तेड़े दा सफर आ, ते 1.5 घंटा दिखा रहे नहीं, 80 किलोमीटर सिर्फ ए अपने जलाई घंटक दे विच निकल जांदा आराम नाल, क्योंकि हाईवे आ इह। इधर तुसीं देख लो पूरा जाम लग्या होया, आ देख आ भाई हत्थां दे जोर ते चल रिहा आटो भाई दा, ए माहौल आ जी फिलहाल दा। लो जी, हुण असीं खड़े आ जलंधर गुरद्वारा चोला साहिब, गुरद्वारा निमसर साहिब, ते गुरद्वारा दमदमा साहिब तुहानूं दर्शन करवाए ने कढ़ाणी कलां पिंड दे विच, लुधियाने जिले दे विच पैंदा जिहड़ा 52 कलियां वाले चोले दे तुहानूं दर्शन करवाए ने। इह ओह चोला जी जिहदे नाल गुरु हरगोबिंद साहिब जी ने ग्वालियर दे किले दे विचों 52 राजां नूं छड़वाया सी, ते उहनां 52 राजां नूं छड़ाउण दी खुशी दे विच बंदी छोड़ दिवस जिहड़ा हैगा सिख धर्म दे विच मनाया जांदा, इस जगह दे उत्ते गुरु साहब आए सी, ते जदों उहनां 52 राजे छड़वा के लैके आए ने उदों कढ़ाणी कलां पिंड विच दी लंघ के गए ने, ते इत्थे उह 45 दिन रुके सी। ते सुरतिया नाम दा इक श्रद्धालु सी, सेवादार सी, जिहदे कोल मतलब गुरु साहब रुके सी, उहने गुरु साहब दी सेवा भी कीती सी, पर गुरु साहब अपना चोला अपने जोड़े उस सिंघ नूं दे के गए सी, उस श्रद्धालु नूं दे के गए सी, माफ करिओ। ते फिर उहनां कोलों इह चीज़ां इस ओह थोड़ा टाइम सामभदे रहे ने, बाद दे विच कहिंदे ओह गुरु तों बेमुख हो गए, ते चीज़ां दी बेपती हो रही सी तां बेअदबी हो रही सी, फिर कढ़ाणी कलां पिंड वालिआं ने फैसला लिया कि उहनां कोलों चीज़ां इह लिया के असीं आपदे पिंड दे विच सांभीए। फिर कढ़ाणी कलां पिंड दे विच गुरु साहिब दा चोला, उहनां दे शस्त्र, ते इक मतलब इत्थे उहनां ने सांभिआ, ते इक गुरु साहिब दा मंजे दा बाण, उस मंजे दा बाण जी जिहदे उत्ते बहि के उह कहिंदे कथा विचार करदे हुंदे सी जां उपदेश दिंदे सी, हैना, उह वी इत्थे सांभ के रख्या होया। उह गुरद्वारा निमसर साहिब दे विच आ जी, लुधियाने जिले दे विच पैंदा। इह आ जी बंदी छोड़ दिवस दा इतिहास, वी गुरु साहिब 52 राजां नूं छड़वा के लैके आए सी, तां उहनां नूं छड़वाउण दी खुशी दे विच बंदी छोड़ दिवस मनाया जांदा। ते 52 कलियां वाला इह उही चोला जिन्हां दा इह उह चोले दीआं 52 कलियां फड़ के उह राजे जिहड़े हैगे सी ग्वालियर दे किले दे विचों बाहर आए सी। ठीक है जी, ते उस चोले तुहानूं दर्शन करवाए ने। वीडियो नूं वध तों वध शेयर कर दिओ, ते बंदी छोड़ दिवस दीआं तुहानूं बहुत बहुत मुबारकां, ते नाल मैं ते सुखप्रीत सिंह चैनल दा बाई दा चैनल भी सबसक्राइब कर दिओ। दोनों जाणे असीं हरिमंदर साहिब चले हां, ते उत्थे फिर तुहानूं आपां दर्शन मेला करवावांगे। ਤੇ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ, ਸ਼ੇਅਰ ਕਰਦੇ ਰਿਹਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।